ਸਾਡੇ ਹਿੰਦੁਸਤਾਨ ਦੇ ਅੰਦਰ ਸਾਡੇ ਜਿੰਨੇ ਵੀ ਵੱਖ ਵੱਖ ਰਾਜਨੀਤਿਕ ਪਾਰਟੀਆਂ ਉਹਨਾਂ ਦੇ ਨਾਲ ਆਪਸੀ ਮਤਭੇਦ ਹੋਣੇ ਹੈ, ਪਰ ਹਿੰਦੁਸਤਾਨ ਦੀ ਜਦੋਂ ਫੋਰਨ ਪਾਲਿਸੀ ਬਣਦੀ ਹੈ, ਚਾਹੇ ਯੂਕਰੇਨ ਦੇ ਮੁੱਦੇ 'ਤੇ ਸੀਗੀ, ਚਾਹੇ ਕਿਸੇ ਵੀ ਮੁੱਦੇ 'ਤੇ, ਅਮਰੀਕਾ ਨੂੰ G20 ਦੇ ਵਿੱਚ ਅਮਰੀਕਨ ਯੂਨੀਅਨ ਨੂੰ ਮਿਲਾਉਣ ਦਾ ਸੀਗਾ, ਸਾਰੇ ਦੀ ਸਾਰੀ ਪੋਲੀਟੀਕਲ ਪਾਰਟੀਆਂ ਨੇ ਉਹਦੇ ਵਿੱਚ ਸਾਡੀ ਫੋਰਨ ਪਾਲਿਸੀ ਦੀ ਸ਼ਲਾਘਾ ਕੀਤੀ, ਉਹਦੇ ਨਾਲ ਖੜ੍ਹੇ। ਪਰ ਅੱਜ ਕੈਨੇਡਾ ਦੇ ਅੰਦਰ ਹਾਲਾਤ ਅਜੇ ਬਣੇ ਹੋਏ ਹੈ ਵੀ ਪ੍ਰਧਾਨ ਮੰਤਰੀ ਉੱਥੇ ਖੜ੍ਹੇ ਹੋ ਕੇ ਪਾਰਲੀਮੈਂਟ 'ਚ ਬਿਆਨ ਦੇ ਰਹੇ ਹਿੰਦੁਸਤਾਨ ਦੇ ਖਿਲਾਫ, ਬੇਬੁਨਿਆਦ ਅਤੇ ਵਾਹੀਆਤ ਜਿਹੜੇ ਹੈ ਉਹਨਾਂ ਨੇ ਇਲਜ਼ਾਮ ਸਾਡੇ 'ਤੇ ਲਾਏ ਹੈ। ਪਰ ਉਹਨਾਂ ਦੇ ਆਪਣੇ ਲੀਡਰ ਆਫ ਅਪੋਜੀਸ਼ਨ ਉਹਨਾਂ ਨੂੰ ਇਸ ਗੱਲ ਵਾਸਤੇ ਨਿੰਦ ਰਹੇ ਵੀ ਸਬੂਤ ਕਿੱਥੇ ਹੈ? ਅੱਜ ਤਾਈਂ ਕਿਉਂਕਿ ਰੋਲ ਦੋਨੋਂ ਇੱਕੋ ਹੀ ਨਿਭਾ ਰਹੇ ਜਿਸ ਕਿਸਮ ਦਾ ਹਾਲਾਤ ਜੋ ਬਣੇ ਹੋਏ ਹੈ, ਪਰ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਆਹ ਨਹੀਂ ਦੱਸਿਆ ਵੀ ਜਿਹੜੇ ਲੋਕਾਂ ਨੇ ਉਸ ਨਿੱਜਰ ਦਾ ਕਤਲ ਕੀਤਾ ਸੀ, ਜਿਹੜੇ ਦੋ ਲੋਕ ਕਹਿੰਦੇ ਆ ਵੀ ਦੋ ਕਾਤਲ ਸੀ, ਅਜੇ ਉਹ ਗ੍ਰਿਫਤਾਰ ਨਹੀਂ ਹੋਏ। ਉਹਨਾਂ ਤੋਂ ਪੁੱਛਗਿੱਛ ਹੋਈ ਨਹੀਂ, ਤੁਸੀਂ ਉਹਨਾਂ ਦੇ ਅੱਗੇ ਸਾਜਿਸ਼ਕਰਤਾ ਭਾਲ ਲਏ, ਉਹਦੇ ਬਾਅਦ ਅੱਗੇ ਤੁਸੀਂ ਮੁਲਕ ਭਾਲ ਲਿਆ, ਬਹੁਤ ਹੀ ਗੈਰ ਜ਼ਿੰਮੇਵਾਰਾਨਾ ਹੈਗੇ। ਅਤੇ ਮੈਂ ਸਮਝਦਾ ਇੰਟਰਨੈਸ਼ਨਲ ਕਮਿਊਨਿਟੀ ਨੇ ਵੀ ਇਹਦਾ ਬੜਾ ਸੰਗਿਆਨ ਲਿਆ, ਕਿਉਂਕਿ ਇਹ ਕੋਈ ਬਹੁਤ ਹੀ ਮਾਮੂਲੀ ਮਸਲਾ ਨਹੀਂ ਵੀ ਇਕੱਲੇ ਸਾਡੇ ਬੱਚੇ ਜਾਂਦੇ ਕਿ ਨਹੀਂ ਜਾਂਦੇ, ਇਸ ਮੈਟਰ ਆਫ ਰਿਲੇਸ਼ਨ ਬਿਟਵੀਨ ਟੂ ਨੇਸ਼ਨ, ਸੋਵਰਨ ਨੇਸ਼ਨ। ਅਗਰ ਤਰੂਦੋ ਆਪਣੀ ਪ੍ਰਭੂ ਸੱਤਾ ਆਪਣੀ ਸੋਵਰਨਟੀ ਦੇ ਰਾਖਾ ਕਰਨ ਵਾਸਤੇ ਕਹਿ ਰਹੇ ਹੈ ਤਾਂ ਹਿੰਦੁਸਤਾਨ ਵੀ ਸਕਸ਼ਮ ਹੈ ਸਾਹਿਬ। ਅਤੇ ਇੱਕ ਗੱਲ ਮੈਂ ਅੱਜ ਦੁਹਰਾ ਦਿਆਂ ਔਨ ਰਿਕਾਰਡ, ਹਿੰਦੁਸਤਾਨ ਦਾ ਸੁਨੇਹਾ ਜਿਹੜਾ G20 ਦੇ ਵਿੱਚ ਮੇਨ ਸਾਡਾ ਟੈਂਪਲੇਟ ਸੀਗੀ ਵਾਸੂਦੇਵ ਕੁਟੁੰਬਕਮ, ਅਸੀਂ ਲੋਕਾਂ ਨੂੰ ਇੱਕ ਸਾਰੇ ਸੰਸਾਰ ਨੂੰ ਆਪਣਾ ਕੁਣਬਾ ਸਮਝਦੇ ਹਾਂ, ਸਾਡਾ ਪਰਿਵਾਰ ਸਮਝਦੇ ਹਾਂ, ਪਰ ਇਹਦਾ ਮਤਲਬ ਨਹੀਂ ਸਾਡੀ ਜਿਹੜੀ ਭਲਮਾਨਸੀ ਹੈ ਉਹਨੂੰ ਕੋਈ ਕਮਜ਼ੋਰੀ ਸਮਝੇ। ਅਸੀਂ ਇਸ ਕਿਸਮ ਦੇ ਲੁਕ ਛਿਪ ਕੇ ਐਕਸਟਰਾ ਜੁਡੀਸ਼ਲ ਮਰਡਰਸ ਇਸ ਕਿਸਮ ਦੇ ਜੇ ਨਹੀਂ ਕਰਦੇ। ਅਸੀਂ ਜਦੋਂ ਆਤੰਕਵਾਦ ਦੇ ਖਿਲਾਫ ਲੜਾਈ ਲੜਦੇ ਹਾਂ, ਅਸੀਂ ਹੱਲਾ ਬੋਲ ਕੇ ਲੜਦੇ ਹਾਂ, ਬਾਲਾਕੋਟ ਸਾਹਮਣੇ ਸਾਰੀ ਦੁਨੀਆ ਦੇ ਸਾਹਮਣੇ ਅਸੀਂ ਉੱਥੇ ਜਾ ਕੇ ਟੈਰਰਿਸਟਾਂ ਦਾ ਖਾਤਮਾ ਕੀਤਾ। ਸਾਨੂੰ ਇਸ ਤਰ੍ਹਾਂ ਜਾ ਕੇ ਕਿਸੇ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਕਤਲ ਕਰਨ ਦੀ ਲੋੜ ਨਹੀਂ। ਇੰਟਰ ਗੈਂਗ ਰਾਈਵਲਰੀ ਹੈ, ਉਹਦੇ ਚੱਲਦੇ ਅੱਜ ਹੀ ਇੱਕ ਹੋਰ ਗੈਂਗਸਟਰ ਦਾ ਉੱਥੇ ਆਪਸ 'ਚ ਲੜਾਈ 'ਚ ਹੋਇਆ, ਅਤੇ ਮੈਨੂੰ ਲੱਗਦਾ ਵੀ ਇਹਦੇ ਨਾਲ ਪ੍ਰਾਈਮ ਮਿਨਿਸਟਰ ਤਰੂਦੋ ਜੀ ਨੂੰ ਧਿਆਨ ਆਊਗਾ ਵੀ ਉਹਨਾਂ ਨੇ ਗਲਤ ਬਿਆਨ ਦੇ ਕੇ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਊਗਾ, ਅਤੇ ਦੋਨੋਂ ਮੁਲਕ ਅੱਜ ਜਿਹੜੇ ਹੈ ਇਕੱਠੇ ਮਿਲ ਕੇ ਅੱਗੇ ਕੰਮ ਕਰ ਸਕਦੇ। ਪੰਜਾਬ ਦੇ ਲਈ, ਕਿਉਂਕਿ ਪੰਜਾਬ ਦੇ ਵਿੱਚ ਕਾਫੀ ਰੁਝਾਨ ਹੈ ਕੈਨੇਡਾ ਦੇ ਵਿੱਚ ਜਾਣ ਦਾ, ਔਰ ਕਾਫੀਆਂ ਦੇ ਬੱਚੇ ਜਿਹੜੇ ਨੇ ਉਹ ਕੈਨੇਡਾ ਦੇ ਵਿੱਚ ਨੇਗੇ, ਜਿਸ ਤਰੀਕੇ ਦੀ ਵਾਰ ਵਾਰ ਐਡਵਾਈਸਿਸ ਆ ਰਹੀਆਂ ਨੇਗੀਆਂ ਕਿ ਵੀਜ਼ਾ ਰੋਕ ਦਿੱਤਾ ਜਾਵੇਗਾ, ਅਤੇ ਕਾਫੀ ਚਿੰਤਾ ਦੇ ਵਿੱਚ ਵੀ ਨੇ ਪੰਜਾਬ ਦੇ ਲੋਕ ਕਿ ਜਿਨ੍ਹਾਂ ਦੇ ਬੱਚੇ ਬਾਹਰ ਗਏ। ਦੇਖੋ, ਮੈਂ ਨਹੀਂ ਸਮਝਦਾ ਵੀ ਅੱਜ ਸਾਡੇ ਪੰਜਾਬ ਦੇ ਲੋਕਾਂ ਦੇ ਉੱਤੇ ਕਿਸੇ ਕਿਸਮ ਦੀ ਆਂਚ ਇੱਥੇ ਜਾਂ ਕਿਸੇ ਹੋਰ ਮੁੱਲ 'ਚ ਆਵੇਗੀ। ਅੱਜ ਹਿੰਦੁਸਤਾਨ ਉਹ ਹਿੰਦੁਸਤਾਨ ਨਹੀਂ, ਅੱਜ ਹਿੰਦੁਸਤਾਨ ਦੇ ਨਾਲ ਕੋਈ ਵੀ ਇਸ ਕਿਸਮ ਦਾ, ਮੈਂ ਨਹੀਂ ਸਮਝਦਾ ਵੀ ਹਿੰਦੁਸਤਾਨੀ ਨਾਗਰਿਕਾਂ ਦੀ ਪਛਾਣ ਆਪਣੇ ਆਪ 'ਚ ਹੈ ਅਤੇ ਕੋਈ ਇਸ ਕਿਸਮ ਦਾ ਧੱਕਾ ਹੋਏਗਾ। ਪਰੰਤੂ ਅੱਜ ਮਸਲਾ ਸਿਰਫ ਪੰਜਾਬ ਦੇ ਬੱਚਿਆਂ ਦੀ ਉੱਥੇ ਸੁਰੱਖਿਆ ਦਾ ਨਹੀਂ, ਅੱਜ ਦੇਸ਼ ਦਾ ਮਸਲਾ ਹੈ। ਅਤੇ ਮੈਂ ਨਹੀਂ ਸਮਝਦਾ ਵੀ ਇਹ ਐਡੀ ਜਿਹੜੀ ਜਿਹਦਾ ਅਹਿਸਾਸ ਮੈਂ ਸਮਝਦਾ ਪ੍ਰਾਈਮ ਮਿਨਿਸਟਰ ਤਰੂਦੋ ਨੇ ਖੁਦ ਕੀਤਾ, ਉਸੇ ਦਿਨ ਸ਼ਾਮ ਨੂੰ ਉਹਨਾਂ ਦਾ ਬਿਆਨ ਦੁਬਾਰਾ ਆਉਂਦਾ ਜਦੋਂ ਕਹਿੰਦੇ ਹੈ ਵੀ ਮੈਂ ਕੋਈ ਉਕਸਾਉਣ ਵਾਲਾ ਬਿਆਨ ਨਹੀਂ ਦਿੱਤਾ। ਪਰ ਮੈਂ ਉਮੀਦ ਕਰਦਾ ਵੀ ਬੜਾ ਛੇਤੀ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਊਗਾ ਅਤੇ ਆਹ ਸਾਰਾ ਜਿਹੜੀ ਗਲਤ ਫਹਿਮੀਆਂ ਜਾਂ ਜਿਸ ਕਿਸਮ ਦੀ ਆਪਣੀ ਉਹਨਾਂ ਦੀ ਮਜਬੂਰੀਆਂ ਹੈ ਉਹਨਾਂ ਨੂੰ ਪਾਸੇ ਰੱਖ ਕੇ ਜਿਹੜੇ ਡਿਪਲੋਮੈਟਿਕ ਨੋਰਮਸ ਐਂਡ ਨਾਈਸਿਟੀਜ਼ ਨੂੰ ਉਹਨਾਂ ਨੇ ਲਾਂਭੇ ਕਰਕੇ ਜਿਹੜੇ ਬਿਆਨ ਦਿੱਤੇ ਹੈ, ਮੈਂ ਨਹੀਂ ਸਮਝਦਾ ਵੀ ਕਿਸੇ ਵੀ ਇਸ ਕਿਸਮ ਦੇ ਮੁਲਕ ਦੇ ਹੈਡ ਆਫ ਦਾ ਸਟੇਟ ਨੂੰ ਇਹ ਜਿਹੇ ਬਿਆਨ ਦੇਣੇ ਚਾਹੀਦੇ ਸੀ ਬਿਨਾਂ ਕਿਸੇ ਸਬੂਤਾਂ ਦੇ। ਸੀਐਮ ਭਗਵੰਤ ਸਿੰਘ ਮਾਨ ਵੱਲੋਂ ਲੈਟਰ ਲਿਖਿਆ ਗਿਆ ਗਵਰਨਰ ਨੂੰ ਕਿ ਸਾਡਾ RDF ਦੀ ਜਿਹੜੀ ਬਕਾਇਆ ਰਕਮ ਹੈ 5500 ਕਰੋੜ ਉਹ ਵਾਪਸ ਦੇ, ਪਰ ਕੇਂਦਰ ਸਰਕਾਰ ਨਾਲ ਗੱਲਬਾਤ ਗਵਰਨਰ ਸਾਹਿਬ ਕਰ। ਦੇਖੋ, ਗਵਰਨਰ ਸਾਹਿਬ ਦਾ ਜਿਹੜਾ ਕੰਮ ਹੈ ਗਵਰਨਰ ਸਾਹਿਬ ਕਰਨਗੇ, ਮੁੱਖ ਮੰਤਰੀ ਸਾਹਿਬ ਆਪਣਾ ਕੰਮ ਕਰਨ। ਉਹਨਾਂ ਦਾ ਕੰਮ ਸੀਗਾ ਜਦੋਂ ਇਸ ਕਿਸਮ ਦੇ ਹਾਲਾਤ ਬਣੇ ਸੀਗੇ, ਨੀਤੀ ਆਯੋਗ ਦੀ ਮੀਟਿੰਗ ਹੋ ਰਹੀ ਸੀ, ਉਹਦਾ ਬਾਈਕਾਟ ਕੀਤਾ, ਇੱਥੇ ਬੈਠੇ ਬਿਆਨ ਦੇਈ ਜਾਂਦੇ ਹੈ। ਹੁਣੇ ਦੇਖੋ, ਪੰਜਾਬ ਦੇ ਬਾਸਮਤੀ ਜਿਹੜੇ ਉਗਾਉਣ ਵਾਲੇ ਕਿਸਾਨ ਹੈ, ਵਪਾਰੀ ਹੈ, ਐਕਸਪੋਰਟਰ ਹੈ, ਉਹਨਾਂ ਦਾ ਮਸਲਾ ਇੱਥੇ ਬੈਠ ਕੇ ਬਿਆਨ ਛੱਡੀ ਜਾਂਦੇ ਹੈ। ਉਹਨਾਂ ਨੂੰ ਕਿਹਨੇ ਜਾ ਕੇ ਰੋਕਿਆ ਸੀ ਜਾ ਕੇ ਵੀ ਉੱਥੇ ਜਾ ਕੇ ਪਿਊਸ਼ ਗੋਇਲ ਜੀ ਨਾਲ ਗੱਲ ਨਾ ਕਰ? ਕਿਹਨੇ ਰੋਕਿਆ ਸੀ ਪਹਿਲਾਂ ਜਾ ਕੇ ਪਿਊਸ਼ ਗੋਇਲ ਜੀ ਨਾਲ ਗੱਲ ਨਹੀਂ ਕਰਨ ਵੀ ਅਸੀਂ ਆਹ ਜਿਹੜਾ ਪੈਸਾ ਸੜਕਾਂ 'ਤੇ ਵਰਤਾਂਗੇ ਅਤੇ ਲੋਨਾਂ ਵਾਸਤੇ ਜਿਹੜੀ ਗਰੰਟੀ ਦੇ ਰੱਖੀ ਹੈ ਉਹਦੇ ਵਿੱਚ RDF ਨਹੀਂ ਕਰਾਂਗੇ? ਸਿਰਫ ਅਤੇ ਸਿਰਫ ਇਸ਼ਤਿਹਾਰਾਂ ਨਾਲ ਪਾਰਟੀ ਚੱਲ ਰਹੀ ਹੈ। ਮੈਂ ਵਾਰ ਵਾਰ ਦੁਹਰਾ ਰਿਹਾ, ਪਹਿਲਾਂ ਇਸ਼ਤਿਹਾਰੀ ਮੁਲਜ਼ਮ ਹੁੰਦੇ ਸੀਗੇ ਵੀ ਉਹਨਾਂ ਦੀ ਫੋਟੋਆਂ ਲੱਗ ਜਾਂਦੇ ਸੀ ਵੀ ਆਹ 10 ਨੰਬਰੀ ਹੈ ਫਲਾਣੇ। ਆਹ ਇਸ਼ਤਿਹਾਰੀ ਸਰਕਾਰ ਹੈ, ਇਸ਼ਤਿਹਾਰਾਂ ਦੇ ਦਮ ਨਾਲ ਸਰਕਾਰਾਂ ਨਹੀਂ ਚੱਲਦੀਆਂ। ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ, ਜ਼ਿੰਮੇਵਾਰਾਨਾ ਤਰੀਕੇ ਨਾਲ ਗੱਲ ਕਰਨ, ਅਤੇ ਉਹਨਾਂ ਦਾ ਇੱਕ ਗੈਰ ਜ਼ਿੰਮੇਵਾਰਾਨਾ ਬਿਆਨ
ਜਿਹੜਾ ਉਹਨਾਂ ਨੇ ਪਿਛਲੇ ਨਾਰਦਰਨ ਸਟੇਟਸ ਦੀ ਚੀਫ ਮਿਨਿਸਟਰ ਦੀ ਮੀਟਿੰਗ ਸੀ ਜਿਹੜਾ ਕਿਹਾ ਸੀ ਕਿ ਪੰਜਾਬ ਨੂੰ ਅਸੈਂਬਲੀ ਬਣਾਉਣ ਵਾਸਤੇ ਚੰਡੀਗੜ੍ਹ ਦੇ ਅੰਦਰ ਜਗ੍ਹਾ ਦਿੱਤੀ ਜਾਵੇ, ਉਹਦਾ ਖਾਮਿਆਜਾ ਅੱਜ ਤਾਈਂ ਆ ਜਿਹੜਾ ਚੱਲ ਰਿਹਾ। ਹੁਣ ਖਬਰਾਂ ਆਈਆਂ ਵੀ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਹਰਿਆਣਾ ਨੂੰ ਕੋਈ ਕਿਹਾ 620 ਕਰੋੜ ਰੁਪਈਏ ਦੇ ਦਿਓ ਜਗ੍ਹਾ ਵਾਸਤੇ। ਆਹ ਸਾਰਾ ਪੰਗਾ ਪਵਾੜਾ ਆਹ ਭਗਵੰਤ ਮਾਨ ਜੀ ਦੇ ਇੱਕ ਬਿਆਨ ਨੇ ਰੋਕਿਆ। ਐਡੀ ਗੈਰ ਜ਼ਿੰਮੇਵਾਰਾਨਾ, ਨੋਨ ਸੀਰੀਅਸ, ਅਨਕੰਪੀਟੈਂਟ, ਨੋਨ ਕੰਪੀਟੈਂਟ ਜਿਹੜੀ ਗਵਰਨਮੈਂਟ ਹੈ ਅੱਜ ਤਾਈਂ ਪੰਜਾਬ ਨੇ ਨਹੀਂ ਦੇਖੀ। ਇਹਦੇ ਵਾਸਤੇ ਇੱਕਦਮ ਐਬਸੋਲਿਊਟਲੀ ਕਲੀਅਰ ਹੈ ਜੀ, ਪੰਜਾਬ ਦਾ ਚੰਡੀਗੜ੍ਹ ਹੈ। ਦੇਰ ਇਜ਼ ਨੋ ਕਿੰਤੂ ਪਰੰਤੂ ਇਫ ਬਟ ਕੁਛ ਵੀ ਨਹੀਂ, ਸਭ ਚੰਡੀਗੜ੍ਹ ਪੰਜਾਬ ਦਾ ਹੈ। ਕੋਈ ਹੋਰ ਗੱਲ ਕਰੋ ਪੰਜਾਬ ਦੇ, ਆਹ ਪੰਜਾਬ ਦੇ ਚੰਡੀਗੜ੍ਹ ਦੇ ਵਿੱਚ ਅਗਰ ਕਿਸੇ ਨੇ ਪੇਚ ਫਸਾਇਆ, ਭਗਵੰਤ ਮਾਨ ਜੀ ਨੇ ਇੱਕ ਬਿਆਨ ਨੇ ਫਸਾਇਆ ਵੀ 10 ਏਕੜ ਉਹਨਾਂ ਨੂੰ ਦੇ ਦਿਓ, 10 ਮੈਨੂੰ ਵੀ ਦੇ ਦਿਓ, ਕੀ ਕਰਨਗੇ ਭਗਵੰਤ ਮਾਨ ਜੀ? ਉਹਦੇ ਕਰਕੇ ਉਹਨਾਂ ਨੇ ਕੋਈ ਬਿਆਨ ਦੇ ਦਿੱਤਾ, ਉਹੀ ਚੰਡੀਗੜ੍ਹ ਐਡਮਿਨਿਸਟ੍ਰੇਟ ਕਰੇ। ਚੰਡੀਗੜ੍ਹ ਪੰਜਾਬ ਦਾ ਹੈ, ਪੰਜਾਬ ਦਾ ਰਹੂਗਾ, ਪੰਜਾਬ ਦਾ ਹਰਿਆਣਾ ਕਰਤਾ। ਦੇਖੋ ਮੈਂ ਹਰਿਆਣਾ ਦੀ ਜ਼ਿੰਮੇਵਾਰੀ ਨਹੀਂ ਲੈ ਰੱਖੀ ਸਾਹਿਬ, ਕੋਈ ਜ਼ਮੀਨ ਸਾਹਿਬ ਜਾ ਕੇ ਆਪਣੇ ਹਰਿਆਣਾ ਬਣਾਏ, ਪੰਜਾਬ ਕੀ ਜ਼ਮੀਨ ਕੈਸੇ ਲੈ ਜਾਏਗੇ ਸਾਹਿਬ? ਚੰਡੀਗੜ੍ਹ ਹਮਾਰਾ, ਕੋਈ ਜ਼ਮੀਨ ਕਿਸੇ ਕੋ ਨਹੀਂ ਮਿਲਨੀ ਸਾਹਿਬ ਚੰਡੀਗੜ੍ਹ ਕਾ, ਚਾਹੇ ਭਗਵੰਤ ਮਾਨ ਜੀ ਮਾਨੇ, ਕੋਈ ਹੋਰ ਮੰਗੇ, ਪੰਜਾਬ ਚੰਡੀਗੜ੍ਹ ਜੋ ਹੈ, ਚੰਡੀਗੜ੍ਹ ਪੰਜਾਬ ਹੈ। ਥੈਂਕ ਯੂ।